ਸ਼੍ਰੀ ਅਕਾਲ ਤੱਕ ਸਾਬਦੇ ਸਿੰਘ ਸਾਹਿਬ ਕੈਣੀ ਰਗਵੀਰ ਸਿੰਘ ਜੀ ਨੇ ਜਿਹੜਾ ਕੱਲ ਯਾਨਕਿ 6 ਤਰੀਕ ਨੂੰ ਇਕੱਤਰਤਾ ਸੱਦੀ ਗਈ ਹੈ ਜਦੇ ਵਿੱਚ ਬੁੱਧੀਜੀਵੀ ਸਿੱਖ ਪ੍ਰਚਾਰਕ ਅਤੇ ਧਾਰਮਿਕ ਜਿਹੜੀਆਂ ਸ਼ਕਤੀਆਂ ਨੇ ਉਹ ਮੌਜੂਦ ਰਹੀਆਂ ਜਿਦੇ ਵਿੱਚ ਕੁਝ ਸੀਨੀਅਰ ਪੱਤਰਕਾਰ ਸਾਹਿਬਾਨ ਵੀ ਜਿਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਇਹ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਫੈਸਲਾ ਉਹ ਕੱਲ ਲਗਭਗ ਤੈ ਹੋ ਸਕਦਾ ਹੈ ਸੁਖਵੀਰ ਸਿੰਘ ਬਾਦਲ ਦੇ ਫੈਸਲਾ ਕੀ ਹੋਵੇ ਧਾਰਮਿਕ ਜਾਂ ਰਾਜਨੀਤਿਕ ਸਿੱਕਾਲਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਜਿਹੜਾ ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਕੈਣੀ ਰਗਵੀਰ ਸਿੰਘ ਜਿਨੇ ਜਿਹੜਾ ਹੈ ਕੱਲ ਯਾਨਕਿ 6 ਤਰੀਕ ਨੂੰ 71 ਤਾ ਸੱਦੀ ਗਈ ਹੈ ਜਿਹਦੇ ਵਿੱਚ ਬੁੱਧੀਜੀਵੀ ਸਿੱਖ ਪ੍ਰਚਾਰਕ ਅਤੇ ਧਾਰਮਿਕ ਜੀਆਂ ਸ਼ਕਤੀਆਂ ਨੇ ਉਹ ਮੌਜੂਦ ਰਹੀਆਂ ਜਿਹਦੇ ਵਿੱਚ ਕੁਝ ਸੀਨੀਅਰ ਪੱਤਰਕਾਰ ਸਾਹਿਬਾਨ ਵੀ ਜਿਹਨਾਂ ਨੂੰ ਸੱਦਾ ਦਿੱਤਾ ਗਿਆ ਕੀ ਇਸ ਕਤਰਤਾ ਦੇ ਵਿੱਚ ਕੀ ਸੁਖਵਿੰਦਰ ਸਿੰਘ ਬਾਲਦਾ ਫੈਸਲਾ ਹੋਵੇਗਾ ਜਾਂ ਹੋਰ ਕਿਹੜੀਆਂ ਵੀ ਚਾਰਚ ਚਰਚਾਵਾਂ ਹੋਣਗੀਆਂ ਜਿਸ ਨੂੰ ਲੈ ਕੇ ਜਿਹੜੀ ਕਤਰਤਾ ਸੱਦੀ ਗਈ ਹੈ ਇਸ ਤੇ ਪੂਰੀ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸਤਿਕਾਰ ਜੀ ਰਪਾਣਾ ਜੀ ਜਿਹੜੀ ਸਿੰਘ ਸਰਵਰ ਨੇ ਕੱਲ ਜਿਹੜੀ ਕਤਰਤਾ ਸੱਦੀ ਹੈ ਉਹਦੇ ਵਿੱਚ ਕੀ ਫੈਸਲੇ ਹੋਣਗੇ ਕੀ ਉਮੀਦ ਹੈਗੀ ਹੈ ਕਿਉਂਕਿ ਲਗਾਤਾਰ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਇਹ ਸੁਖਵਿੰਦਰ ਸਿੰਘ ਬਾਲਦਾ ਜਿਹੜਾ ਫੈਸਲਾ ਉਹ ਕੱਲ ਲਗਭਗ ਤੈ ਹੋ ਸਕਦਾ ਹੈ ਉਮੀਦ ਹੈ ਕੋਈ ਦੇਖੋ ਅਮਰਜੀਤ ਗੱਲ ਹੈ ਜਿਹੜਾ ਕੱਲ 6 ਤਰੀਕ ਨੂੰ ਸ੍ਰੀ ਕਾਲ ਤਖ ਉਹ ਇਕੱਤਰਤਾ ਪੰਜ ਸਿੰਘ ਸਹਿਬਾਨਾਂ ਦੀ ਨਹੀਂ ਹੂੰ ਉਹਦੇ ਚ ਬੁੱਧੀਜੀਵੀ ਕੁਝ ਪੱਤਰਕਾਰ ਕੁਝ ਹੋਰ ਜਿਹੜੀਆਂ ਪੰਥਕ ਸ਼ਖਸ਼ੇਤਾਂ ਜਿਹੜੀਆਂ ਨੇ ਉਹ ਸੱਦਾ ਦਿੱਤਾ ਗਿਆ ਜੀ ਤੇ ਸਿੰਘ ਸਹਿਬਾਨ ਵੀ ਆ ਸਕਦੇ ਆ ਪਰ ਉਹਨਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿੰਘ ਸਹਿਬਾਨਾਂ ਦੀ ਇਕੱਤਰਤਾ ਤੇ ਉਹ ਬੁੱਧੀਜੀਵੀਆਂ ਦੀ ਇਕੱਤਰਤਾ ਹਾਂ ਦੂਜੀ ਗੱਲ ਤੁਸੀਂ ਇਹ ਕਹੀ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਫੈਸਲਾ ਹੋ ਸਕਦਾ ਹੈ ਹੂੰ ਇਦਾਂ ਕਿ ਜੇ ਆਪਾਂ ਇਹ ਕਹੀਏ ਕਿ ਕੱਲ ਸੁਖਵੀਰ ਸਿੰਘ ਬਾਦਲ ਲਈ ਕੋਈ ਫੈਸਲਾ ਸੁਣਾਇਆ ਜਾ ਸਕਦਾ ਇਹ ਕਹਿਣਾ ਜਲਦਬਾਜ਼ੀ ਹੋਏਗੀ ਜੀ ਹਾਂ ਇਹ ਗੱਲ ਜ਼ਰੂਰ ਹੈ ਕਿ ਕੱਲ ਵਾਲੇ ਫੈਸਲੇ ਜਿਹੜੀ 71 ਤਾ ਉਹਦੇ ਚ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਕੀ ਫੈਸਲਾ ਸੁਣਾਇਆ ਜਾਵੇ ਹੂੰ ਇਸ ਤੇ ਵਿਚਾਰ ਹੋ ਸਕਦਾ ਯਾਨੀ ਬੁੱਧੀਜੀਵੀ ਜਿਹੜੇ ਉੱਥੇ ਪ੍ਰਚਾਰ ਕਰਨਗੇ ਸਿੱਖ ਪ੍ਰਚਾਰ ਕਰਨਗੇ ਉਹ ਆਪਣੀ ਆਪਣੀ ਰਾਏ ਦੇ ਸਕਦੇ ਸਾਰਿਆਂ ਨੂੰ ਸਲਾਹ ਲਈ ਜਾਏਗੀ ਸਾਰਿਆਂ ਦੀ ਤੁਹਾਡੇ ਯਾਦ ਹੋਣਾ ਕਿ ਦੀਵਾਲੀ ਤੋਂ ਪਹਿਲਾਂ ਜਦੋਂ ਬਿਰਸਾ ਸਿੰਘ ਬਲਟੋਹਾ ਵਾਲਾ ਮਾਮਲਾ ਹਾਈਲਾਈਟ ਹੋਇਆ ਸੀ ਤੇ ਉਹਨਾਂ ਲਈ ਇੱਕ ਰਾਜਨੀਤਿਕ ਸਜ਼ਾ ਸੁਣਾਈ ਗਈ ਸੀ ਸਿੰਘ ਸਹਿਬਾਨ ਨੂੰ ਬਿਲਕੁਲ ਤਾਂ ਉਦੋਂ ਵੱਡਾ ਬਿਵਾਲ ਹੋਇਆ ਸੀ ਬਿਲਕੁਲ ਤਾਂ ਹੁਣ ਸਿੰਘ ਸਹਿਬਾਨ ਨੂੰ ਸ਼ਾਇਦ ਇਹ ਮਹਿਸੂਸ ਹੋ ਰਿਹਾ ਹੋਵੇ ਕਿ ਜੇਕਰ ਸੁਖਵੀਰ ਸਿੰਘ ਬਾਦਲ ਲਈ ਰਾਜਨੀਤਿਕ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਜੇਕਰ ਵਿਰਸਾ ਸਿੰਘ ਬਲਟੋਹਾ ਲਈ ਇਹਨਾਂ ਵੱਡਾ ਜਿਹੜਾ ਹੈਗਾ ਬਿਵਾਲ ਹੋਇਆ ਤਾਂ ਸ਼ਾਇਦ ਪੋਲੀਟੀਕਲ ਤੌਰ ਤੇ ਜਾਂ ਧਾਰਮਿਕ ਤੌਰ ਤੇ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਮਸਲਾ ਉਹ ਉਲਝ ਨਾ ਜਾਵੇ ਤੇ ਇਸ ਕਰਕੇ ਕਿਉਂ ਨਾ ਫੈਸਲਾ ਸੁਣਾਉਣ ਤੋਂ ਪਹਿਲਾਂ ਬੁੱਧੀਜੀਵੀਆਂ ਦੀ ਕੁਝ ਪੱਤਰਕਾਰਾਂ ਦੀ ਕੁਝ ਪੰਥਕ ਸ਼ਖਸੀਅਤਾਂ ਨਾਲ ਵਿਚਾਰ ਵਟਾਂਦਰਾ ਕਰ ਲਿਆ ਜਾਵੇ ਹਾਂ ਬਿਲਕੁਲ ਜਨਕੀ ਉਹਨਾਂ ਨੇ ਆਪਾਂ ਸਿੱਧੇ ਤੌਰ ਤੇ ਕਹੀਏ ਕਿ ਜਿਹੜਾ ਸਿੰਘ ਸਭਾਨਾ ਉਹ ਸਿੱਧੇ ਤੌਰ ਤੇ ਆਪਣੀ ਜੜੀ ਆ ਉਹ ਨਿੱਜੀ ਜਿਹੜੀ ਬਿਲਕੁਲ رائے ਨਹੀਂ ਰੱਖਦੇ ਉਹ ਸੰਗਤ ਦੀ رائے ਦੇ ਨਾਲ ਜਿਹੜਾ ਮਨਜ਼ੂਰ ਹੋਣਗੇ ਹਾਂ ਨਹੀਂ ਉਹ ਤਾਂ ਹੈ ਵੈਸੇ ਤਾਂ ਸਲਾਹ ਲੈਣੀ ਬਣਦੀ ਨਹੀਂ ਉਹ ਸਿੰਘ ਸਹਿਬਾਨ ਦਾ ਆਪਣਾ ਪੈਰੋਗੇਟਿਵ ਆ ਕਿ ਆਪਾਂ ਨੇ ਕੀ ਸਜ਼ਾ ਸੁਣਾਉਣੀ ਆ ਪੰਜ ਸਿੰਘ ਸਹਿਬਾਨ ਨੇ ਪੰਜੇ ਸਿੰਘ ਸਹਿਬਾਨ ਇਕੱਠੇ ਹੋ ਕੇ ਤਾਂ ਉਹ ਇਹ ਗੱਲ ਤੈਅ ਕਰ ਸਕਦੇ ਨੇ ਕਿ ਇਹਦਾ ਫੈਸਲਾ ਕੀ ਸੁਣਾਇਆ ਜਾਵੇ ਪਰ ਦਿਵਾਲੀ ਤੋਂ ਪਹਿਲਾਂ ਉਹਨਾਂ ਨੇ ਇੱਕ ਐਲਾਨ ਕੀਤਾ ਸਿੰਘ ਸਹਿਬਾਨ ਨੇ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਮਾਮਲਾ ਉਹ ਕਾਫੀ ਹਾਈਲਾਈਟ ਮਾਮਲਾ ਵੱਡਾ ਮਾਮਲਾ ਇਸ ਕਰਕੇ ਇਹਦੇ ਤੇ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਇੱਕ ਜਿਹੜਾ ਸਿੱਖ ਬੋਰਡ ਜਿਹੜਾ ਤੁਹਾਨੂੰ ਯਾਦ ਹੋਣਾ ਵੀ ਜਦੋਂ ਜਿਸ ਦਿਨ ਆ ਪਿਛਲੇ ਹਫਤੇ ਜਦੋਂ ਐਸਜੀਪੀਸੀ ਦੀ ਚੋਣ ਹੋਈ ਹੈ ਤਾਂ ਉੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਇਆ ਤੇ ਨਾਲ ਦੀ ਨਾਲ ਉਹਨਾਂ ਨੇ ਘੋਸ਼ਣਾ ਕੀਤਾ ਸੀ ਕਿ ਜਿਹੜਾ ਸਿੱਖ ਮਸਲੇ ਜਿਹੜਾ ਬੋਰਡ ਬਣਾਇਆ ਜਾਣਾ ਤੇ ਉਹਦੇ ਚ 5 ਦੀ ਥਾਂ 11 ਮੈਂਬਰ ਕੀਤੇ ਜਾਣੇ ਆ ਠੀਕ ਹੈ ਹੋ ਸਕਦਾ ਉਸੇ ਦਿਨ ਵੀ ਇਹ ਜਿਹੜੇ ਬੁੱਧੀਜੀਵੀ ਉੱਥੇ ਆਉਣਗੇ ਤਾਂ ਇਹਨਾਂ ਦੇ ਵਿੱਚੋਂ ਹੀ 5 ਤਾਂ ਪਹਿਲਾਂ ਹੀ ਆ ਜਾਂ ਉਹਨਾਂ ਤੋਂ ਵੀ ਚੇਂਜ ਕਰਕੇ ਕੋਈ ਨਵੇਂ ਜਿਹੜੇ 11 ਮੈਂਬਰ ਉੱਥੇ ਲਾਏ ਜਾ ਸਕਦੇ ਇਹ ਦੋ ਫੈਸਲੇ ਜਿਹੜੇ ਆ ਇੱਕ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੇ ਫੈਸਲਾ ਕੀ ਹੋਵੇ ਹੂੰ ਧਾਰਮਿਕ ਜਾਂ ਰਾਜਨੀਤਿਕ ਜੇ ਰਾਜਨੀਤਿਕ ਤੌਰ ਤੇ ਫੈਸਲਾ ਸੁਨਾਇਆ ਜਾਵੇ ਤਾਂ ਉਹਦਾ ਦਾਇਰਾ ਕਿੰਨਾ ਹੋਵੇ ਠੀਕ ਹੈ ਦਾਇਰਾ ਇੰਨਾ ਕੁ ਹੋਵੇ ਕਿ ਉਹਦੇ ਤੇ ਕੋਈ ਰਾਜਨੀਤਿਕ ਤੇ ਪੰਥਕ ਵਿਵਾਦ ਨਾ ਹੋਵੇ ਠੀਕ ਹੈ ਦੂਜੀ ਗੱਲ ਜੇ ਧਾਰਮਿਕ ਸਜ਼ਾ ਸੁਣਾਈ ਜਾਵੇ ਤਾਂ ਧਾਰਮਿਕ ਸਜ਼ਾ ਦਾ ਦਾਇਰਾ ਇੰਨਾ ਕੁ ਹੋਵੇ ਤੇ ਲੋਕਾਂ ਕੇ ਲੋਕਾਂ ਨੂੰ ਸਿੱਖ ਪੰਥ ਨੂੰ ਦੇਸ਼ ਵਿਦੇਸ਼ ਚ ਬੈਠੇ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਇਹ ਨਾ ਲੱਗੇ ਕਿ ਸੁਖਵੀਰ ਸਿੰਘ ਬਾਦਲ ਨੂੰ ਮਾਫ ਕਰਤਾ ਜਾਂ ਸੁਖਵੀਰ ਸਿੰਘ ਬਾਦਲ ਲਈ ਨਰਮੀ ਵਰਤੀ ਗਈ ਹੈ ਕਿਉਂ ਕਿ ਕਿਉਂਕਿ ਦੇਖੋ ਜਿਹੜਾ ਬਿਰਸਾ ਸਿੰਘ ਬਲਟੋਹਾ ਬਿਰਸਾ ਸਿੰਘ ਬਲਟੋਹਾ ਦਾ ਇੰਨਾ ਵੱਡਾ ਮਾਮਲਾ ਨਹੀਂ ਸੀ ਜਿੰਨਾ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਵੱਡਾ ਹੈ ਜੇਕਰ ਪਾਣੇ 'ਚ ਹੋਰ ਵੀ ਤਾਂ ਸਵਾਲ ਹੈ ਜੇਕਰ ਤੁਸੀਂ ਕਹੋ ਬੁੱਧੀ ਜੀਵਿਆਂ ਦੀ ਸਿੱਖ ਪ੍ਰਚਾਰਕਾਂ ਦੀ ਜਾਂ ਉੱਥੇ ਜਿਹੜੇ ਨਾਮੀ ਸ਼ਕਤੀਤਾ ਹੋਣਗੀਆਂ ਉੱਥੇ ਆਪਣੇ ਵਿਚਾਰ ਰੱਖਣਗੀਆਂ ਉਹਤੇ ਇਦਾਂ ਦੇ ਜਿਹੜੇ ਪ੍ਰਚਾਰਕ ਵੀ ਹੋਣਗੇ ਜਿਹੜੇ ਕਹਿਣਗੇ ਵੀ ਸੁਖਵੀਰ ਸਿੰਘ ਬਾਦਲ ਨੂੰ ਵੀ ਆਸ ਜਗਾਉਣੀ ਚਾਹੀਦੀ ਹੈ ਕਿਉਂਕਿ ਜੋ ਪਿੱਛੇ ਕਰੈਸਿਸ ਚੱਲ ਰਿਹਾ ਹੈ ਜੋ ਸੁਖਵੀਰ ਸਿੰਘ ਬਾਦਲ ਤੇ ਇਜ਼ਾਮ ਲੱਗੇ ਨੇ ਵਿਦੇਸ਼ੀ ਇਸ਼ੂ ਆ ਜਾਂ ਪੰਜਾਬ ਦੇ ਹੋਰ ਮਸਲੇ ਨੇ ਉੱਥੇ ਲੱਗਦਾ ਪੱਤਰਕਾਰ ਭਾਈਚਾਰਾ ਹੀ ਪਹੁੰਚੇਗਾ ਤਾਨੂੰ ਲੱਗਦਾ ਨਹੀਂ ਕਿੱਥੇ ਕਿੱਥੇ ਹਿੰਟ ਤਾਂ ਮਿਲ ਸਕਦਾ ਵੀ ਆ ਸੁਖਵੀਰ ਸਿੰਘ ਬਾਦਲ ਨੂੰ ਇਸ ਲੈਵਲ ਤੱਕ ਸਗਾ ਜੜੀ ਆ ਸੁਣਾਈ ਜਾ ਸਕਦੀ ਆ ਉੱਥੋਂ ਕੋਈ ਜਿਹੜਾ ਆਪਾਂ ਕੱਲ੍ਹ ਗੱਲ ਬਾਹਰ ਆ ਸਕਦੀ ਆ ਕੋਈ ਨਹੀਂ ਦੇਖੋ ਇਹ ਨਹੀਂ ਹੈਗਾ ਕਿ ਉੱਥੇ ਜਿਹੜਾ ਮਰਜ਼ੀ ਸਾਰੇ ਪੱਤਰਕਾਰ ਖੁੱਲਾ ਸੱਦਾ ਇਹ ਨਹੀਂ ਹੈਗਾ ਪਹਿਲੇ ਗੱਲ ਤਾਂ ਆ ਇੱਕ ਦਰਜਣ ਦੇ ਕਰੀਬ ਬੁੱਧੀਜੀਵੀ ਸ਼ਾਮਲ ਹੋਣੇ ਜਿਦੇ ਵਿੱਚ ਪੱਤਰਕਾਰ ਤੇ ਸਿੱਖ ਪੰਥਕ શિક્ષੀਤਾਂ ਵੀ ਉਹਦੇ ਵਿੱਚ ਸ਼ਾਮਲ ਨੇ ਇੱਕ ਦਰਜਣ ਦੇ ਕਰੀਬ 12 ਵੀ ਹੋ ਸਕਦੇ ਆ 15 ਵੀ ਹੋ ਸਕਦੇ ਆ ਉਹਦੇ ਚ ਜਿਹੜੇ ਪੰਜ ਚਾਰ ਨਾਮ ਜੇ ਮੈਂ ਤੁਹਾਨੂੰ ਗਿਣਾਵਾਂ ਉਹਦੇ ਚ ਇੱਕ ਤਾਂ ਸਾਬਕਾ ਜਥੇ ਪ੍ਰੋਫੈਸਰ ਮਨਜੀਤ ਸਿੰਘ ਬਿਲਕੁਲ ਉਹਨਾਂ ਨੂੰ ਸੱਦਾ ਦਿੱਤਾ ਗਿਆ ਜੋ ਸੂਤਰਾਂ ਦੇ ਹਵਾਲੇ ਪਤਾ ਲੱਗਾ ਕਿ ਫੋਨ ਤੇ ਉਹਨਾਂ ਨੂੰ ਸੱਦਾ ਜਿਹੜਾ ਮਿਲਿਆ ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲ ਪ੍ਰੋਫੈਸਰ ਜਸਪਾਲ ਸਿੰਘ ਉਹਨਾਂ ਨੂੰ ਵੀ ਬੁਲਾਇਆ ਗਿਆ ਇਸ ਤਰ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਜਿਹੜੇ ਪ੍ਰਿੰਸੀਪਲ ਨੇ ਡਾਕਟਰ 인ਦਰਜੀਤ ਸਿੰਘ ਗੋਗੋਣੀ ਉਹ ਉਹ ਸਿੱਖ ਬੋਰਡ ਦੇ ਵੀ ਮੈਂਬਰ ਹੈ ਉਹਨਾਂ ਨੂੰ ਵੀ ਇਸ ਮਾਮਲੇ ਵਿੱਚ ਸੱਦਾ ਦਿੱਤਾ ਗਿਆ ਇਸੇ ਤਰ੍ਹਾਂ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇੱਕ ਅਮਰਜੀਤ ਸਿੰਘ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਤੇ ਭਾਈ ਗੁਰਦਾਸ ਇੰਸਟੀਚਿਊਟ ਆਫ ਜਿਹੜਾ ਹੈਗਾ ਐਡਵਾਂਸਡ ਟੈਕਨੋਲੋਜੀ ਉਹਦੇ ਜਿਹੜੇ ਪ੍ਰੋਫੈਸਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਭਾਈ ਸਿਮਰਨ ਸਿੰਘ ਇੱਕ ਉਹਨਾਂ ਨੂੰ ਸੱਦਾ ਦਿੱਤਾ ਗਿਆ ਮਤਲਬ ਇਹ ਪੰਜ ਚਾਰਕ ਦਾ ਨਾਮ ਉਹ ਜਿਹੜੇ ਗਿਣਤੀ ਦੇ ਵਿੱਚ ਆ ਗਏ ਵੀ ਇਹਨਾਂ ਨੂੰ ਸੱਦਾ ਮਿਲ ਗਿਆ ਹੋਰ 7 8 10 ਕਿਹੜੇ ਆ ਸਖਸ਼ੇਤਾ ਨੇ ਜੇਕਰ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਪੱਤਰਕਾਰ ਕਾਫੀ ਹੋਣਗੇ ਇਹ ਨਹੀਂ ਹੈਗਾ ਕਿ ਜੇ ਜਿਹੜਾ ਮਰਜ਼ੀ ਪੱਤਰਕਾਰ ਚਲਾ ਗਿਆ ਕਿ ਤੁਸੀਂ ਬੈਠਕ ਦੇ ਵਿੱਚ ਸ਼ਾਮਲ ਹੋ ਜਾਗੇ ਉਹ ਨਹੀਂ ਹੋਗਾ ਉਹ ਤਾਂ ਸਿਰਫ ਜਿਹਨੂੰ ਸੱਦਾ ਮਿਲੇਗਾ ਉਹੀ ਜਾਏਗਾ ਉਹ ਹੀ ਬੈਠਕ ਦੇ ਵਿੱਚ ਸ਼ਾਮਲ ਹੋਗਾ ਬਕਾਇਦਾ ਉਹਦੀ ਇੱਕ ਲਿਸਟ ਬਣੀ ਹੋਈ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਨੂੰ ਫੋਨ ਕੀਤਾ ਗਿਆ ਕਿ ਤੁਸੀਂ ਹੀ 8:00 ਵਜੇ ਜਿਹੜਾ ਸ਼ਾਮਲ ਹੋਣਾ ਠੀਕ ਹੈ ਦੂਜੀ ਗੱਲ ਹੁਣ ਇਹ ਮਾਮਲਾ ਕਾਫੀ ਪੁਰਾਣਾ ਹੈ ਠੀਕ ਹੈ ਲੱਗ ਪਾ ਕੇ ਲਾ ਲਓ ਵੀ ਦੋ ਕੁ ਮਹੀਨਿਆਂ ਤੋਂ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਨਾਲ ਚੱਲ ਰਿਹਾ ਜੇ ਆਪਾਂ ਮੋਟੀ ਮੋਟੀ ਨਿਗਾ ਮਾਰੀਏ ਚਾਹਿਆ ਕਿ 1 ਜੁਲਾਈ ਨੂੰ ਜਿਹੜਾ ਬਾਗੀ ਤੜ ਹੈ 1 ਜੁਲਾਈ 2024 ਨੂੰ ਬਾਗੀ ਤੜ ਨੇ ਸ੍ਰੀ ਅਕਾਲ ਤਖਤ ਸਾਹਿਬਕ ਦਰਖਾਸਤ ਦਿੱਤੀ ਸੀ ਕਿ ਤੁਸੀਂ ਵੀ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਨੇ ਕਰਿਆ ਉਹਦੀ ਸੁਣਵਾਈ ਕੀਤੀ ਜਾਵੇ ਜਾਂ ਉਹਨੂੰ ਧਾਰਮਿਕ ਤੌਰ ਤੇ ਸਜ਼ਾ ਲਾਈ ਜਾਵੇ ਤਾਂ 24 ਜੁਲਾਈ ਨੂੰ ਸੁਖਵੀਰ ਸਿੰਘ ਬਾਦਲ ਨੂੰ ਸਪਸ਼ਟੀਕਰਨ ਜਿਹੜਾ ਹੈਗਾ ਲਈ ਬੁਲਾਇਆ ਗਿਆ ਸੀ ਤਾਂ ਉਸ ਤੋਂ ਬਾਅਦ 5 ਅਗਸਤ ਨੂੰ ਇਹ ਜਿਹੜਾ ਸਪਸ਼ਟੀਕਰਨ ਜਨਤਕ ਹੋ ਗਿਆ ਸੀਗਾ ਉਦੋਂ ਵੀ ਬੜਾ ਰੌਲਾ ਪਿਆ ਕਿ ਜਨਤਕ ਕਿਵੇਂ ਹੋ ਗਿਆ ਅੱਜ ਤੱਕ ਇਹਦਾ ਸਪਸ਼ਟੀਕਰਨ ਜਨਤਕ ਹੋਇਆ ਨਹੀਂਗਾ ਤਾਂ ਉਸ ਤੋਂ ਬਾਅਦ 30 ਅਗਸਤ ਨੂੰ ਤਨਖਈਆ ਕਰਾ ਦਿੱਤਾ ਗਿਆ ਸੀ ਜੋ ਤਨਖਈਆ ਕਰਾਰ ਅੱਜ ਤੱਕ ਸੁਖਵੀਰ ਸਿੰਘ ਬਾਦਲ ਚੱਲ ਰਿਹਾ ਹੁਣ ਇਹ ਹੈ ਕਿ ਤਨਖਾਈਆ ਕਰਾਰ ਤੋਂ ਛਡਕਾਰਾ ਕਿਵੇਂ ਹੋਵੇ ਤਨਖਾਈਆ ਕਰਾਰ ਤੋਂ ਛਡਕਾਰਾ ਬਿਨਾ ਧਾਰਮਿਕ ਸਜ਼ਾ ਤੋਂ ਨਹੀਂ ਹੋ ਸਕਦਾ ਨਹੀਂ ਹੋਣਾ ਜਿੰਨੀ ਦੇਰ ਸੁਖਵੀਰ ਸਿੰਘ ਬਾਦਲ ਨੂੰ ਕੋਈ ਸਜ਼ਾ ਨਹੀਂ ਲੱਗ ਜਾਂਦੀ ਸਿੰਘ ਸਾਹਿਬਾਨ ਬੋਲੋ ਉਹਦੇ ਚ ਵੈਸੇ ਤਾਂ ਲੱਗਦਾ ਆ ਰਿਹਾ ਕਿ ਧਾਰਮਿਕ ਸਜ਼ਾ ਹੀ ਲੱਗੇਗੀ ਪਰ ਹੁਣ ਜੇ ਬਿਰਸਾ ਸਿੰਘ ਬਲਟੋਹੜਾ ਵਾਲਾ ਮਾਮਲਾ ਦੇਖੀਏ ਤਾਂ ਉਹ ਰਾਜਨੀਤਿਕ ਜਿਹੜੀ ਹੈਗੀ ਸਜ਼ਾ ਮਿਲੀ ਉਹਨਾਂ ਨੂੰ ਕਿਉਂ ਕਰ ਕੋ ਪਾਰਤੀ ਚੋਕਟਾ ਕੱਢਣ ਦਾ ਹੁਕਮ ਜਾਰੀ ਹੋਇਆ ਤਾਂ ਹੁਣ ਇਹ ਦੇਖੋ ਕਿ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਕਿਹੜੀ ਮਿਲਦੀ ਹੈ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਜਿੰਨੀ ਦੇਰ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਜਾਂ ਰਾਜਨੀਤਿਕ ਜਿਹੜੀ ਵੀ ਸਜ਼ਾ ਸਿੰਘ ਸਹਿਬਾਨ ਨੇ ਸੁਣਾਉਣੀ ਉਹ ਸਿੰਘ ਸਹਿਬਾਨ ਦਾ ਪੈਰੋਗੇਟਿਵ ਹੈ ਕਰਨਾ ਕੀ ਹੈ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਵੀ ਆਹ ਹੋਣੀ ਚਾਹੀਦੀ ਹੈ ਜਾਂ ਐਵੇਂ ਹੋਣੀ ਚਾਹੀਦੀ ਹੈ ਠੀਕ ਹੈ ਉਹ ਤੇ ਵੀ ਜੋ ਉਹਨਾਂ ਨੇ ਕਰ ਰੋ ਸਿੰਘ ਸਹਿਬਾਨ ਨੇ ਕਰਨਾ ਜਿਹੜੀ ਵੀ ਸਜ਼ਾ ਦੇਣੀ ਆ ਜਿੰਨੀ ਦੇਰ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਨਹੀਂ ਮਿਲ ਜਾਂਦੀ ਉਨੀ ਦੇਰ ਤਨਖਾਹਈਏ ਤੋਂ ਕਰਾਰ ਤੋਂ ਛਟਕਾਰਾ ਨਹੀਂ ਮਿਲਦਾ ਇੱਕ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਆਪਾਂ ਨੂੰ ਕਿ ਇਹ ਗੱਲ ਤੈਅ ਆ ਕਿ ਹੁਣ ਤਨ ਸਜ਼ਾ ਦਾ ਟਾਈਮ ਲਗਭਗ ਨੇੜੇ ਆ ਗਿਆ ਹੁਣ ਅਗਲੀ ਗੱਲ ਇਹਦੇ ਵਿੱਚ ਇਹ ਹੀ ਹੈ ਆ ਵੀ ਜੇ ਸਿੰਘ ਸਹਿਵਾਨ ਨਰਮੀ ਵਰਤਦੇ ਆ ਉਹਦੇ ਚ ਤਾਂ ਵੀ ਕਿਤੇ ਨਾ ਠੀਕ ਹੈ ਤਾਂ ਫਿਰ ਵੀ ਸਿੱਖ ਜਗਤ ਦੇ ਵਿੱਚ ਦੇਸ਼ ਵਿਦੇਸ਼ ਚ ਬੈਠੇ ਜਿਹੜੇ ਸੰਗਤਾਂ ਉਹਕਰ ਰੋਸ ਜाहिर ਕਰਨਗੇ ਆ ਵੀ ਇੱਕ ਤਾਂ ਉਹਨਾਂ ਨੇ ਏਨੇ ਵੱਡੇ ਕੁਤਾਹੀ ਕੀਤੀ ਠੀਕ ਹੈ ਫਿਰ ਦੂਜਾ ਪੱਖ ਕੁਤਾਹੀ ਕਰਕੇ ਆਪਣੇ ਆਪ ਦੇ ਵਿੱਚ ਮੰਨ ਲਿਆ ਕਿ ਕੁਤਾਹੀ ਸਾਡੇ ਤੋਂ ਹੋਗੀ ਗਲਤੀ ਸਾਡੇ ਤੋਂ ਹੋਗੀ ਜਦੋਂ ਤੁਸੀਂ ਇੱਕ ਗਲਤੀ ਮੰਨ ਲਈ ਤਾਂ ਫਿਰ ਉਹਦੀ ਸਜ਼ਾ ਦੇਣਾ ਬੰਦਾ ਤੇ ਉਹਦੇ ਚ ਫਿਰ ਇੱਕ ਇਹ ਵੀ ਹੈ ਹੁਣ ਆਹ ਚੀਜ਼ ਵੀ ਇੱਕ ਆੜੇ ਆਏਗੀ ਮਰਜੀ ਦੇ ਵਿੱਚ ਨਾ ਆਪਾਂ ਨੂੰ ਇਹ ਵੀ ਇੱਕ ਪੱਖ ਰੱਖਣ ਦੀ ਲੋੜ ਹੈਗੀ ਆ ਕਿ ਜਿਹੜਾ ਬਿਰਸਾ ਸਿੰਘ ਬਲਟੋਹਾਲ ਆ ਹੁਣ ਆਪਾਂ ਬਾਰ-ਬਾਰ ਤਿੰਨ ਚਾਰ ਵਾਰ ਜੇਕਰ ਕਹਿੰਦਾ ਬਿਰਸਾ ਸਿੰਘ ਬਲਟੋਹਾਲ ਦਾ ਉਹ ਕਿਉਂ ਕਿਉਂਕਿ ਕਰਨਾ ਬਣਦਾ ਹੈ ਕਿਉਂਕਿ ਬਿਰਸਾ ਸਿੰਘ ਬਲਟੋਹਾ ਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇੰਨਾ ਵੱਡਾ ਮਾਮਲਾ ਨਹੀਂ ਸੀ ਜਿੰਨੀ ਵੱਡੀ ਉਹਨੂੰ ਸਜ਼ਾ ਮਿਲ ਗਈ ਤੇ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਮਾਮਲਾ ਤਾਂ ਉਸ ਤੋਂ ਬਹੁਤ ਗੁਣਾ ਵੱਡਾ ਹੈ ਠੀਕ ਹੈ ਉਹ ਤਾਂ ਸਰਯਾਮ ਜਿਹੜਾ ਇਲਜ਼ਾਮ ਲੱਗਨੇ ਬਿਲਕੁਲ ਬਿਲਕੁਲ ਬਿਰਸਾ ਸਿੰਘ ਬਲਟੋਹਾ ਨੇ ਤਾਂ ਕਹਿ ਨਹੀਂ ਸੀ ਮੇਰ ਤੋਂ ਗਲਤੀ ਹੋ ਗਈ ਠੀਕ ਹੈ ਉਹ ਤਾਂ ਉਹ ਤਾਂ ਚਲੋ ਬਿਗਾਗ ਬੋਲ ਲਿਓ ਤਾਂ ਬੜਬੋਲੇ ਨੇ ਉਹ ਤਾਂ ਭੁੱਲੀ ਜਾ ਰਿਹਾ ਉਹਨੇ ਬੋਲੇ ਨੂੰ ਸਜ਼ਾ ਮਿਲ ਗਈ ਉਹਦੇ ਧਾਰਮਿਕ ਸਜ਼ਾ ਉਹਨੂੰ ਨਹੀਂ ਹੋਈ ਤੇ ਹੁਣ ਜੇ ਸੁਖਵੀਰ ਸਿੰਘ ਬਾਦਲ ਲਈ ਮਾਮੂਲੀ ਸਜ਼ਾ ਲੱਗ ਜਾਂਦੀ ਹੈ ਧਾਰਮਿਕ ਦਾ ਸਿੱਖ ਜਗਤ 'ਚ ਰੋਸ ਹੈ ਤਾਂ ਇਸ ਕਰਕੇ ਹੁਣ ਇਹ ਚੀਜ਼ ਤਾਂ ਆਪਾਂ ਨੂੰ ਦਿਖਣੀ ਪੈਗੀ ਇਹ ਸਿੰਘ ਸਹਿਵਾਨ ਵੀ ਸ਼ਾਇਦ ਮੈਨੂੰ ਲੱਗਦਾ ਵੀ ਹੁਣ ਜਿਹੜੀ ਇਕਤਰਤਾ ਇਕਤਰਤਾ ਦੇ ਵਿੱਚੋਂ ਹੀ ਕੁਝ ਨਾ ਕੋਈ ਨਿਕਲ ਕੇ ਸਾਹਮਣੇ ਆਏਗਾ ਵੀ ਕੀ ਸਜਾ ਧਾਰਮਿਕ ਸੁਣਾਈ ਜਾਵੇ ਜਾਂ ਪੰਥਿਕ ਜਾਂ ਜਿਹੜੀ ਧਾਰਮਿਕ ਸਜਾ ਜਾਂ ਰਾਜਨੀਤਿਕ ਜਿਹੜੀ ਹੈਗੇ ਸਜ਼ਾ ਤੱਕ ਜਾਇਜ਼ ਆਵੇ ਹੁਣ ਪੈਰੋਗੇਟਿਵ ਦਾ ਸਿੰਘ ਸਹਿਬਾਨ ਦਾ ਪਰ ਉਹਦੇ ਵਿੱਚ ਇਹ ਹੈ ਕਿ ਲੋਕਾਂ ਦਾ ਰੋਸ ਨਾ ਹੋਵੇ ਵੱਡੀ ਗੱਲ ਇਹ ਹੈ ਕਿ ਲੋਕਾਂ ਦਾ ਰੋਸ ਨਾ ਲੋਕ ਦੇਖ ਰਹੇ ਆ ਪਿਛਲੇ ਤੁਸੀਂ ਇੱਕ ਲਾਲੋ ਵੀ ਇੱਕ ਮਹੀਨੇ ਤੋਂ ਦੇ ਕਰੀਬ ਜ਼ਿਆਦਾ ਹੀ ਹੋ ਗਿਆ ਸਮਾਂ ਕਿ ਕਿਸੇ ਪਾਸਿਓ ਕੋਈ ਬਿਆਨਬਾਜ਼ੀ ਨਹੀਂ ਆ ਰਹੀ ਹਾਂ ਲੋਕੀ ਜੋਤਰੇ ਵੀ ਸੱਤ ਸਿੰਘ ਸਵਾਰ ਕੋਈ ਸਖਤ ਜਿਹੜਾ ਐ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਲੈ ਸਕਦਾ ਜਦੋਂ ਜਦੋਂ ਸ਼ੁਰੂ ਸ਼ੁਰੂ ਚ ਜਦੋਂ ਸਪਸ਼ਟੀਕਰਨ ਮੰਗਿਆ ਸੀ ਜਾਂ ਤਨਖਾਹਿਆ ਕਰਾਰ ਦਿੱਤਾ ਸੀਗਾ ਜਾਂ ਉਦੋਂ ਕਰਾਈ ਤਨਖਾਹਿਆ ਕਰਾਰ ਦੇਣਾ ਸੀਗਾ ਮਾਮਲਾ ਵਿਚਾਰ ਦੇਣ ਸੀ ਤਾਂ ਉਦੋਂ ਇਹ ਗੱਲ ਹਰ ਰੋਜ਼ ਚੱਲਦੀ ਸੀ ਕੋਈ ਨਾ ਕੋਈ ਹਰ ਰੋਜ਼ ਸਿੱਖ ਸੰਸਥਾ ਜਿਹੜੀ ਉਹ ਪੱਤਰ ਦੇ ਕਹਿੰਦੇ ਸੀ ਕੱਲ੍ਹ ਰਵੇ ਇਹਨਾਂ ਨੂੰ ਆਸ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਆਸ ਸਜ਼ਾ ਦਿੱਤੀ ਜਾਵੇ ਨਿਵਾਸ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੇ ਸਿੱਖ ਪੰਥ ਐਨਾ ਵੱਡਾ ਨੁਕਸਾਨ ਕੀਤਾ ਹਨ ਪਰ ਜਦੋਂ ਤੋਂ ਤਨਖਾਹ ਸਿੱਖ ਸੰਸਥਾਵਾਂ ਜ਼ਿਆਦਾਤਰ ਜਿਹੜੇ ਪੰਥਕ ਸਿੱਖਸ਼ੇ ਤਾਂ ਮੌਨ ਤੇ ਨੇ ਠੀਕ ਹੈ ਬਿਲਕੁਲ ਵੀ ਉਹ ਚੁੱਪ ਨੇ ਕੋਈ ਗੱਲਬਾਤ ਨਹੀਂ ਹੋ ਰਹੀ ਕਿ ਹੁਣ ਕੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਕਿਉਂਕਿ ਸਾਰੇ ਸਿੱਖ ਜਗਤ ਨੇ ਇਹ ਜਿਹੜਾ ਨਿਪਟਾਰਾ ਕਰਨ ਦਾ ਮਾਮਲਾ ਸਿੰਘ ਸਹਿਬਾਨ ਤੇ ਛੱਡਿਆ ਉਹ ਛੱਡਣਾ ਵੀ ਹੈ ਕਰਨੀ ਸਿੰਘ ਸਹਿਬਾਨ ਨੇ ਪਰ ਹੁਣ ਨજરા ਸਿੰਘ ਸਹਿਬਾਨ ਤੇ ਹੈ ਵੀ ਕੀ ਇਹਨੂੰ ਇਹਨਾਂ ਨੂੰ سزا ਕਿਹੜੀ ਸੁناਈ ਜਾਣੀ ਚਾਹੀਦੀ ਹੈ ਗੱਲ ਇਹ ਹੈ ਵੀ ਇਹ ਦਾ ਜਿਹੜਾ ਮੋਨ ਜਿਹੜਾ ਹੁਣ ਸਿੱਖ ਜਗਤ ਨੇ ਜਿਹੜਾ ਰੱਖਿਆ ਤਾਂ ਇਹ ਜਿਹੜਾ ਸਾਹਮਣੇ ਉਦੋਂ ਚੁੱਪੀ ਤੋੜਨਗੇ ਜਦੋਂ ਸੁਖਵੀਰ ਸਿੰਘ ਬਾਦਲ ਨੂੰ سزا ਸੁناਈ ਜਾਏਗੀ ਪਰ ਇਹ ਹੈ ਕਿ ਜਿਹੜੀ ਹੁਣ ਕੱਲ 71 ਦਾ ਹੋਣ ਜਾ ਰਿਹਾ 6 ਨੂੰ 6 ਨਵੰਬਰ ਸਵੇਰੇ 11:00 ਵਜੇ ਦਾ ਇਕੱਤਰ ਦਾ ਸਮਾਂ ਰੱਖਿਆ ਤਾਂ ਉਹਦੇ ਚ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਕਦੋਂ ਅਗਲੀ ਡੇਟ ਹੋ ਸਕਦਾ ਕੱਲ ਹੀ ਤੈਅ ਕਰ ਦੇਣ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਕਦੋਂ ਬੁਲਾਇਆ ਜਾਏਗਾ ਹੋ ਸਕਦਾ ਅਗਲੇ ਦਿਨ ਕਰਦਾਂ ਜਾਂ 2 ਦਿਨ ਬਾਅਦ ਜਾਂ 4 ਦਿਨ ਬਾਅਦ ਜਾਂ 10 ਦਿਨ ਬਾਅਦ ਕਰ ਦੇਣ ਤਾਂ ਇਹ ਆ ਵੀ ਹੁਣ ਬਹੁਤੀ ਦੂਰ ਨਹੀਂ ਹੁਣ ਇਹ ਗੱਲ ਹੈਗੀ ਹੈ ਹਾਂ ਹੁਣ ਇਹ ਗੱਲ ਹੈਗੀ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਜਿਹੜਾ ਫੈਸਲਾ ਸੁਣਾਉਣ ਦੀ ਘੜੀ ਹੈ ਉਹ ਬਹੁਤੀ ਦੂਰ ਨਹੀਂ ਹੈਗੀ ਉਹ ਬਿਲਕੁਲ ਨੇੜੇ ਹੈ ਬਸ ਇਸੇ ਮਹੀਨੇ ਚ ਹੋ ਸਕਦਾ ਨਵੰਬਰ ਦੇ ਵਿੱਚ ਵਿੱਚ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਹਾਂ ਇੱਕ ਗੱਲ ਹੈਗੀ ਹੈ ਕਿ ਇਸ ਮਾਮਲੇ ਚ ਸਜ਼ਾ ਸੁਣਾਉਣ ਨਾਲ ਨੁਕਸਾਨ ਹੋਵੇ ਨਾ ਹੋਵੇ ਇਹ ਗੱਲ ਅਗਲੀ ਹਾਲੇ ਇਹ ਤਾਂ ਹਲੇ ਅਗਲਾ ਸਮਾਂ ਜਿਹੜਾ ਹੈਗਾ ਦੱਸਿਆ ਗਿਆ ਹੋਇਆ ਪਰ ਤਨਖਾਈਆ ਕਰਾਰ ਦੇ ਨਾਲ ਜਿੰਨਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਇਹਨਾਂ ਸ਼ਾਇਦ ਮੈਲਾ ਦਾ ਪਿੱਛੇ ਅਜੇ ਤੱਕ ਕਿਤੇ ਹੋ ਜਾਣਾ ਹੋਵੇ ਕਿਉਂ ਕਿ ਕਿਉਂਕਿ ਅਕਾਲੀ ਦਲ ਤਨਖਾਈਆ ਕਰਾਰ ਤੋਂ ਬਾਅਦ ਚਾਰ ਚੋਣਾ ਨਹੀਂ ਲੱਗ ਸਕਿਆ ਚਾਰੋ ਜਿਮਨੀ ਚੋਣਾ ਉਹਨਾਂ ਨੂੰ ਉੱਥੋਂ ਵਾਪਸ ਆਉਣਾ ਪਿਆ ਉਹਨਾਂ ਨੂੰ ਬਾਹਰ ਆਉਣਾ ਪਿਆ ਠੀਕ ਹੈ ਬੜੀ ਬਹੁਤ ਧੰਨਵਾਦ ਸੋ ਬਿਲਕੁਲ ਜਿਹੜੀ ਸਿੰਘ ਸਾਹਿਬਾ ਨਾਲ ਲੋ ਚੜ੍ਹ ਕੇ ਛੇ ਤਿਕਨ ਜਿਹੜੀ ਬੈਠਕ ਪਲਾਈ ਗਈ ਹੈ ਉਹਦੇ ਵਿੱਚ ਕੀ ਸਿੱਖ ਜਗਤ ਦੇ ਦੀਆਂ ਬੁੱਧੀਜੀਵੀ ਸ਼ਕਤੀਆਂ ਨੇ ਜਾਂ ਧਾਰਮਿਕ ਸ਼ਕਤੀਆਂ ਨੇ ਉਹ ਆਪਣੀਆਂ ਆਪਣੀਆਂ ਰਾਏ ਜਿਹੜੀਆਂ ਨੇ ਉਹ ਕੱਲ ਪੇਸ਼ ਕਰਨਗੀਆਂ ਉਸ ਤੋਂ ਬਾਅਦ ਉਮੀਦ ਹੈ ਕਿ ਸੁਖਬੀ ਸਿੰਘ ਬਾਦਲ ਜਿਹੜੀ ਹੈ ਉਹ ਕੀ ਫੈਸਲਾ ਹੁੰਦਾ ਉਹ ਸਿੰਘ ਸਾਹਿਬ ਅੰਗਰੇਜ਼ ਜਲਦ ਇਸ ਫੈਸਲੇ ਦੇ ਰਾਹੀਂ ਜਾਨਕੀ ਕੱਲ ਦੀ ਕਤਰਤਾ ਹੋ ਰਹੀ ਹੈ ਉਸ ਬੈਠਕ ਦੇ ਰਾਹੀਂ ਦੱਸ ਸਕਦੇ ਨੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ ਧੰਨਵਾਦ For all your immigration family law needs, call or scan QR code to contact us. Rodis Inc. million miles with smile or scan QR code to contact us. Flankword truck repair trust we build in truck repair or scan QR code to contact us. The masala twist Oxonet fine authentic Indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Tabai Indian cuisine Tracy fine authentic Indian cuisine in Tracy or scan QR code to contact us. Billa Market scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA scan this QR code to contact us Mountain Mike Pizza scan this QR code to contact us Apa kadahi made and served with love scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.